ਬਟਾਲਾ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਨਾਲ ਜਿੱਥੇ ਕਈ ਪਰਿਵਾਰਾਂ ਦੇ ਕਮਾਉਣ ਵਾਲੇ ਚਲੇ ਗਏ, ਉੱਥੇ ਇੱਕ ਪਰਿਵਾਰ ਵਿੱਚ ਉਸ ਵੇਲੇ ਝਗੜਾ ਪੈ ਗਿਆ ਜਦੋਂ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਪਰਿਵਾਰਾਂ ਲਈ ਭੇਜੀ 2 ਲੱਖ ਦੀ ਰਾਸ਼ੀ ਦਾ ਚੈੱਕ ਸੰਬੰਧਿਤ ਪੀੜਿਤ ਪਰਿਵਾਰ ਨੂੰ ਮਿਲਿਆ ਤਾਂ ਮ੍ਰਿਤਕ ਮੁੱਖਾ ਵਾਸੀ ਪ੍ਰੇਮ ਨਗਰ ਬੋਹੜਾ ਵਾਲਾ ਦੀ ਪਤਨੀ ਬਬਲੀ ਨੇ ਇਲਜ਼ਾਮ ਲਾਇਆ ਕਿ ਉਹਨਾਂ ਦੇ ਪਤੀ ਦੀ ਮਾਸੀ ਦੀ ਬੇਟੀ ਨਿੰਦਰ ਕੌਰ ਹੁਣ ਇਸ ਮਿਲੇ ਪੈਸੇ ਵਿੱਚੋਂ ਆਪਣਾ ਹਿੱਸਾ ਮੰਗ ਰਹੀ ਹੈ। ਉੱਥੇ ਨਿੰਦਰ ਕੌਰ ਨੇ ਕਿਹਾ ਕਿ ਮ੍ਰਿਤਕ ਮੁੱਖੇ ਦੀ ਇੱਕੋ ਇੱਕ ਬੇਟੀ ਸੁਨੇਹਾ ਨੂੰ ਉਹ ਪਾਲ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਬਬਲੀ ਮੁੱਖੇ ਦੀ ਘਰਵਾਲੀ ਨਹੀਂ ਹੈ, ਬਸ ਪੈਸੇ ਲੈਣ ਕਾਰਨ ਇਹ ਸਾਰਾ ਡਰਾਮਾ ਹੋ ਰਿਹਾ ਹੈ। ਇਸ ਮਾਮਲੇ ਬਾਰੇ ਲੋਕ ਇਨਸਾਫ ਪਾਰਟੀ ਦੇ ਹਲਕਾ ਬਟਾਲਾ ਪ੍ਰਧਾਨ ਵਿਜੇ ਤਰੇਕ ਨੇ ਕਿਹਾ ਕਿ ਜੋ ਵੀ ਹੱਕਦਾਰ ਹੋਵੇਗਾ ਅਸੀਂ ਉਸ ਦੀ ਮਦਦ ਕਰਨ ਲਈ ਹਿਮਾਇਤ ਕਰਾਂਗੇ। ਹਰਵਿੰਦਰ ਸਿੰਘ ਦੀ ਖਾਸ ਰਿਪੋਰਟ, ਇੰਡੀਆ ਕ੍ਰਾਈਮ ਨਿਊਜ਼। ਇਹ ਸਾਰਾ ਵਿਸਥਾਰ ਨਾਲ ਦੱਸੋ ਕੀ ਚੱਕਰ ਆ, ਬੇਟੀ ਦਾ ਕੀ ਚੱਕਰ ਆ? ਬੇਟੀ ਦਾ ਚੱਕਰ ਇਹ ਵੀ ਮੁੱਖੇ ਦੀ ਇੱਕ ਬੇਟੀ, ਇੱਕ ਉਹਦਾ ਬੇਟਾ ਸੀ, ਬੇਟਾ ਮੁੱਖੇ ਦਾ 8 ਸਾਲ ਦਾ ਪੂਰਾ ਹੋ ਗਿਆ ਵਾ, ਅਤੇ ਉਹਦੀ ਬੇਟੀ ਆ, ਹੁਣ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ। ਨੱਕ ਖਾਣ ਡਿਆ ਚਾਚੀ ਅਤੇ ਤਾਇਆ, ਚਾਚੀ ਦੇ ਘਰ ਵਾਲਾ ਪਹਿਲਾਂ ਪੂਰਾ ਹੋ ਗਿਆ ਸੀ, ਅਤੇ ਉਹ ਮੁੱਖੇ ਦੀ ਵਹੁਟੀ ਬਣ ਕੇ ਗਾੜੀ ਬਹਿ ਗਈ ਆ। ਮੁੱਖੇ ਦੀ ਵਹੁਟੀ ਨਹੀਂ ਸੀ ਹੈਗੀ, ਨਾ ਉਹ ਬੈਠੀ। ਅਸੀਂ ਮੁੱਖੇ ਨੇ ਕਿਹਾ, ਮੁੱਖੇ ਤੇਰੀ ਭਰਜਾਈ ਵਾ ਬਾਲਾ, ਕਹਿੰਦਾ ਮੇਰੀ 1 ਕਰੋੜ ਲੰਡੀ ਅਤੇ ਮੈਂ ਇਹਦੇ 3 ਕਿੱਦਾਂ ਸਾਂਭਾਂਗਾ? ਮੈਂ ਆਪਣੀ ਵਿਆਹਾਂਗਾ ਤਾਂ ਮੈਂ ਇਹਦੇ 3 ਵਿਆਹਾਂਗਾ। ਮੈਂ ਜਨਾਨੀ ਕਰਨੀ ਨਹੀਂ, ਮੇਰੀ ਧੀ ਆ, ਮੈਂ ਉਹਨੂੰ ਕੱਪੜਾ ਵੀ ਦਿੰਦਾ ਸੀ, ਲੀੜਾ ਵੀ ਦਿੰਦਾ ਸੀ, ਸਭ ਕੁਝ ਕਰਦਾ ਸੀ ਮੁੱਖਾ। ਅਤੇ ਇਹ ਬਬਲੀ ਨਜਾਇਜ਼ ਹੱਥ ਜਤਾਉਂਦੀ ਆ, ਝੂਠੀ ਗਵਾਹੀ ਲੈ ਕੇ ਵੀ ਮੈਂ ਮੁੱਖੇ ਦੇ ਘਰ ਬੈਠੀ। ਨਹੀਂ ਜੇ ਮੁੱਖੇ ਦੇ ਘਰ ਬੈਠੀ, ਮੇਰਾ ਆਂਢ ਗਵਾਂਢ ਵਾ, ਤੁਸੀਂ ਗਵਾਹੀ ਲੈ ਸਕਦੇ ਜੋ ਮੈਂ ਜ਼ਿਮੀਂਦਾਰ ਨੇ ਗਵਾਹੀ ਦੇਣੀ ਵੀ ਮੁੱਖੇ ਦੀ ਬੇਟੀ ਵਾ। ਬਬਲੀ ਨਹੀਂ ਉਹਦੇ ਘਰ ਬੈਠੀ, ਪੈਸੇ ਕਰਕੇ ਇੱਦਾਂ ਕਰਨ ਡੇ। ਮੁੱਖੇ ਦੀ ਕੁੜੀ ਰੁਲਣ ਡੀ ਆ, ਉਹਦਾ ਹੱਕ ਉਹਨੂੰ ਦਿੱਤਾ ਜਾਵੇ। ਠੀਕ, ਹਾਂਜੀ, ਇਹ ਕੀ ਮਸਲਾ ਜੀ? ਸਾਰਾ ਦਿਨ ਤੁਹਾਡੇ ਘਰ 'ਚ ਹੋਇਆ ਹੁਣ? ਮਾਸੀ ਦੀ ਕੁੜੀ ਹੈ ਜੀ, ਦੂਰ ਦੀ, ਤੋਂ ਆਣ ਕੇ ਹਿੱਸਾ ਮੰਗਦੀ ਸਾਡੇ 'ਚੋਂ। ਜਿੱਦਣ ਦਾ 2 ਲੱਖ ਦਾ ਚੈੱਕ ਆਇਆ ਨਾ, ਉਹ ਹਿੱਸਾ ਮੰਗਦੀ। ਮੈਂ ਵੀ ਆਪਣੇ ਬੱਚੇ ਪਾਲਣੇ, ਛੋਟੇ ਛੋਟੇ ਮੇਰੇ ਵੀ ਬੱਚੇ ਆ, ਤੇ ਸਭ ਮੰਗਦੀ। 2 ਲੱਖ 'ਚ ਕੀ? 2 ਲੱਖ 'ਚ ਉਹਨੂੰ ਮੈਂ ਕੀ ਦੇਵਾਂ? ਤੁਹਾਡਾ ਨਾਂ ਕੀ? ਬਬਲੀ। ਤੇ ਜਿਹਨੇ ਮੌਤ ਹੋਈ, ਕੀ ਲੱਗਦੀ ਤੁਹਾਡੇ? ਉਹ ਮੇਰੇ ਘਰ ਵਾਲੇ ਸੀ, ਮੁੱਖਾ ਸੀ ਉਹਨਾਂ ਦਾ। ਮੁੱਖਾ ਸੀ, ਮਾਸੀ ਦੀ ਕੁੜੀ ਪਹਿਲਾਂ ਮਿਲਦੀ ਸੀ ਤੁਹਾਨੂੰ? ਨਹੀਂ, ਪਹਿਲਾਂ ਤਾਂ ਕਦੀ ਆਈ ਨਹੀਂ ਜੀ। ਬਿਮਾਰ ਬਿਮੂਰ ਤੰਗੀਆਂ ਇੰਨੀਆਂ ਪੈਂਦੀਆਂ ਰਹੀਆਂ, ਉਦੋਂ ਤਾਂ ਕੋਈ ਲਾਗੇ ਲੱਗਿਆ ਨਹੀਂ। ਅੱਛਾ। ਤੇ ਜਦੋਂ ਹਾਸਾ ਹੋ ਗਿਆ, ਹੁਣ ਪੈਸਿਆਂ ਦੇ ਬਦਲ ਤਾਂ ਸਾਰੀਆਂ ਆਉਣ ਲੱਗ ਗਈਆਂ। ਅੱਛਾ, ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹੋ? ਅਸੀਂ ਤਾਂ ਇਹੋ ਕਹਿੰਦੇ ਵੀ ਸਾਡੀ ਮਦਦ ਕਰਨ, ਹੁਣ ਸਰਕਾਰ ਮਦਦ ਕਰੇ ਸਾਡੀ। ਠੀਕ ਆ। ਇਹ ਮਾਸੀ ਦੀ ਕੁੜੀ ਕੀ ਕਹਿੰਦੀ ਹੈ ਤੁਹਾਨੂੰ ਹੁਣ? ਹਿੱਸਾ ਮੰਗਦੀ ਆਣ ਕੇ, ਅਜੇ ਤੱਕ ਤਾਂ ਮੈਨੂੰ ਸਰਕਾਰ ਨੇ 2 ਹੀ ਦਿੱਤਾ, ਜੇ ਵੱਧ ਦਿੰਦੀਆਂ ਤਾਂ ਉੱਦਾਂ ਮੈਨੂੰ ਤਾਂ ਮਾਰ ਦੇਣਾ ਸੀ ਇਹਨਾਂ ਨੇ। ਠੀਕ ਹੈ। ਹਾਂਜੀ, ਤਰੇਨ ਸਾਹਿਬ, ਕੀ ਮਸਲਾ ਸਾਰਾ ਇਹ? ਮਸਲਾ ਰਾਜਾ ਜੀ, ਮੈਂ ਤੇ ਬੜਾ ਦੁਖੀ ਹੋਇਆ ਅੱਜ, ਮੇਰੇ ਮਨ ਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਇੱਕ ਏਡਾ ਵੱਡਾ ਹਾਦਸਾ ਹੋ ਗਿਆ, ਜਿਹੜਾ ਇਹ ਬੰਬ ਧਮਾਕਾ ਪਟਾਕਾ ਫੈਕਟਰੀ ਦੇ ਵਿੱਚ ਹੋਇਆ ਸੀ। ਉਸ ਵਿੱਚ ਮੁੱਖਾ ਨਾਮ ਦਾ ਇੱਕ ਵਿਅਕਤੀ ਸੀ ਜਿਹਦੀ ਮੌਤ ਹੋ ਗਈ ਸੀ। ਉਹਦੀ ਘਰਵਾਲੀ ਬਬਲੀ ਹੈ, ਜਿਹਨੂੰ 2 ਲੱਖ ਰੁਪਏ ਦਾ ਚੈੱਕ ਸਰਕਾਰ ਨੇ ਦਿੱਤਾ। ਤੇ ਅੱਜ ਮਾਸੀ ਦੀ ਲੜਕੀ ਮੁੱਖੇ ਦੀ ਜਾਗ ਪਈ ਹੈ, ਜਿਹਨੇ ਕਦੀ ਜ਼ਿੰਦਗੀ 'ਚ ਅੱਜ ਤੱਕ ਪੁੱਛਿਆ ਵੀ ਨਹੀਂ ਸੀ ਦੁੱਖ ਸੁੱਖ ਵੇਲੇ, ਤੇ ਅੱਜ 2 ਲੱਖ ਦਾ ਚੈੱਕ ਮਿਲਿਆ, ਤੇ ਉਹ ਇਹਨਾਂ ਨਾਲ ਧਮਕੀ ਦੇ ਕੇ ਗਈ ਹੈ ਕੱਲ ਵੀ ਮੈਨੂੰ ਉਹ ਪੈਸੇ ਜਿਹੜੇ ਆ ਮੈਨੂੰ ਦੇ। ਤੇ ਇਸ ਕਰਕੇ ਮੈਂ ਆਇਆ ਮੈਂ ਇੱਥੇ। ਮੈਂ ਬਬਲੀ ਆਪਣੀ ਭੈਣ ਨੂੰ ਛੋਟੀ ਭੈਣ ਸਮਝ ਕੇ ਇਹਨੂੰ ਇੱਕ ਗੱਲ ਕਹੀ ਹੈ ਕਿ ਤੇਰਾ ਭਰਾ ਬੈਠਾ ਲੋਕ ਇਨਸਾਫ ਪਾਰਟੀ, ਪੂਰੇ ਪੰਜਾਬ ਦੀ ਪਾਰਟੀ ਤੇਰੇ ਨਾਲ ਹੈ, ਪੂਰੀ ਟੀਮ ਤੇਰੇ ਨਾਲ ਹੈ, ਤੈਨੂੰ ਕਿਸੇ ਤਰ੍ਹਾਂ ਦੀ ਤੱਤੀ ਵਾਹ ਨਹੀਂ ਲੱਗੇਗੀ, ਤੂੰ ਘਬਰਾਉਣਾ ਨਹੀਂ, ਕਿਉਂਕਿ ਇਹਦੇ ਵਿਚਾਰੀ ਅੱਗੇ ਹੀ ਦੁਖੀ ਹੈ, ਦੁੱਖ ਨਾਲ ਭਰੀ ਹੈ। ਤੇ ਇਹਨੂੰ ਹੌਸਲਾ ਦੇਣ ਵਾਸਤੇ ਲੋਕ ਇਨਸਾਫ ਪਾਰਟੀ ਆਈ ਆ, ਹੌਸਲਾ ਨਹੀਂ ਮੇਰਾ ਦੇਣ ਵਾਸਤੇ? ਜਿਹਨੂੰ ਸੋਧਾ ਲਾਉਣਾ ਪਿਆ ਸੋਧਾ ਵੀ ਲਾਵਾਂਗੇ, ਚਾਹੇ ਉਹ ਮਾਸੀ ਦੀ ਲੜਕੀ ਹੈ ਚਾਹੇ ਕੋਈ ਵੀ ਹੈ, ਜੋ ਕਾਨੂੰਨ ਰਾਹੀਂ ਕਾਰਵਾਈ ਬਣਦੀ ਹੈ ਉਹਦੇ 'ਤੇ ਜ਼ਰੂਰ ਕਰਵਾਵਾਂਗੇ, ਜੇ ਉਹਨੇ ਇਸ ਤੋਂ ਬਾਅਦ ਹੁਣ ਇਹਨੂੰ ਤੰਗ ਕੀਤਾ। ਇੰਡੀਆ ਕ੍ਰਾਈਮ ਨਿਊਜ਼। ਜ਼ੁਲਮ ਕੇ